ਫੜ ਜਾ ਚਾਚੇ ਨੂੰ ਫੋਨ ਲਾਈ ਦੀ। ਹੈਲੋ ਹੈਲੋ ਚਾਚਾ ਬਿਸ਼ਨਾ ਬੋਲਦਾ ਮਿਸਤਰੀ? ਆਹੋ ਚਾਚ ਨਾਲ ਬੋਲਦਾ ਚਾਚਾ। ਕੌਣ ਬੋਲਣ ਡਿਆ ਚਾਚਾ? ਅਸੀਂ ਮੈਂ ਆਪਾਂ ਇੱਥੇ ਕੋਠੀ ਨਹੀਂ ਪਾਈ ਸੀ ਆਹ ਬਿਸ਼ਨੇ ਕਲੋਨੀ ਕੋਲੇ। ਅੱਛਾ ਅਸੀਂ ਉੱਥੋਂ ਬੋਲਦੇ ਹਾਂ ਲਵੇ ਘਰ। ਅੱਛਾ ਅੱਛਾ ਹਾਂ ਜੀ ਦੱਸੋ। ਹਾਂ ਮੈਨੂੰ ਦੱਸਦਾ ਤੁਸੀਂ ਅੱਜ ਵੀ ਉੱਥੇ ਲੱਗ ਰਹੇ ਹੋ। ਨਹੀਂ ਨਹੀਂ ਉਹ ਤੇ ਥੋੜਾ ਜਿਹਾ ਬਸ ਕਿ ਟੈਲਾਂ ਹੀ ਲਾਉਣੀਆਂ ਸੀ ਉੱਥੇ। ਅੱਛਾ ਅੱਛਾ ਅੱਗੇ ਅੱਛਾ ਆਪਣਾ ਕਰਿਆਨੇ ਦੁਕਾਨ ਕੋਲੇ ਤੇ। ਹਾਂ 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 ਤੇ ਬਾਅਦ ਕੰਮ ਦੱਸ ਕੀ ਹੈ? ਪਹਿਲਾਂ ਲਾਉਣਾ ਸੀ ਕੰਮ ਸੀ ਦੁੱਖ ਕਨਾਲ ਦਾ ਕੰਮ ਸੀ। ਅੱਛਾ ਹਾਂ ਹਾਂ ਕੀ ਕਰਨਾ ਜੀ? ਆਪਾਂ ਬਹਿ ਕੇ ਗੱਲ ਕਰ ਲਾਂਗੇ ਆਪਾਂ ਮਕਾਨ ਕਰਨਾ ਸ਼ੁਰੂ ਤੇ ਕਰ ਲਾ। ਇਹ ਕੋਈ ਗੱਲ ਹੀ ਹੈ ਨਹੀਂ ਮੇਰਾ ਇੱਥੇ ਦੋ ਦਿਨਾਂ ਦੇ ਕੰਮ ਹੈ। ਨਹੀਂ ਮਕਾਨ ਆਪਣਾ ਪਹਿਲਾਂ ਵੀ ਸ਼ੁਰੂ ਸੀ ਅਸੀਂ ਸਮਝ ਲਓ ਤੁਸੀਂ। ਅੱਛਾ ਹਾਂ ਬੁਨਿਆਦਾਂ ਭਰੀਆਂ ਹੋਈਆਂ ਉਹਦੀਆਂ ਮਕਾਨ ਦੀਆਂ ਉਹ ਬਸ ਤੁਹਾਨੂੰ ਪਤਾ ਹੀ ਹੈ। ਤੇ ਫਿਰ ਬੁਨਿਆਦਾਂ ਵੀ ਕਿਉਂ ਫੜਾ ਦਿੰਦੇ? ਨਹੀਂ ਉਹ ਤੁਹਾਨੂੰ ਪਤਾ ਹੀ ਹੈ ਘਰਾਂ 'ਚ ਮੁੱਖ ਮਸਲੇ ਹੁੰਦੀ ਹੈ ਨੇ। ਅੱਛਾ ਤੇ ਹੁਣ ਨਿਬੜ ਗਏ? ਨਹੀਂ ਮੈਂ ਮੇਰੀ ਗੱਲ ਸੁਣੋ ਮੈਨੂੰ ਐਂ ਪਤਾ ਲੱਗਿਆ ਤੁਸੀਂ ਕੰਮ ਬੜਾ ਵਧੀਆ ਕਰ ਰਹੇ। ਕੰਮ ਤੇ ਬਸ ਅੱਲਾਹ ਤਾਲਾ ਦੀ ਮਿਹਰ ਕੰਮ ਤੇ ਵਧੀਆ ਕਰੀ ਦੇ। ਹਾਂ ਤੇ ਗੱਲ ਇਹ ਜੇ ਕਿ ਮੈਂ ਜਾਣਾ ਕੁਵੈਤ 2 ਮਹੀਨਿਆਂ ਵਾਸਤੇ। ਅੱਛਾ ਤੇ ਉਹ ਕੰਮ ਵਾਸਤੇ ਜਿਹੜਾ ਤੁਸੀਂ ਆਪਣਾ ਪੈਸਾ ਲੈਣਾ ਹੋਣਾ 20-25 ਲੱਖ ਤੇ ਤੁਸੀਂ ਸਵੇਰੇ ਆ ਕੇ ਨਾ ਲੈ ਲਿਓ ਉੱਥੇ ਪੈਸੇ। ਇੰਨੇ ਪੈਸੇ ਤੇ ਕੋਈ ਗੱਲ ਹੀ ਹੈ ਨਹੀਂ ਅੱਲਾ ਮਿਹਰ ਕਰੇ ਮੈਂ ਸਵੇਰੇ ਮੇਰਾ ਸ਼ਾਮ ਤੱਕ ਕੰਮ ਮੁੱਕ ਜਾਣਾ ਤੇ ਸਵੇਰੇ ਮੈਂ ਤੇ ਪਹੁੰਚਣਾ ਵਾ। ਉਹ ਉਹੀ ਗੱਲ ਹੈ ਨਾ ਤੁਸੀਂ ਆਪਾਂ ਤੜਕੇ ਕੋਈ ਲੇਬਰ ਲੋਬਰ ਦਾ ਮਸਲਾ ਆਉਂਦਾ ਤੁਸੀਂ ਪੈਸੇ ਫੜ ਕੇ ਲੈ ਜਾ ਮੈਂ ਤਾਂ 20-25। ਹਾਂ ਲੇਬਰ ਦਾ ਮਸਲਾ ਤਾਂ ਹੋ ਜਾਂਦਾ ਕੋਈ ਗੱਲ ਨਹੀਂ ਤੇ ਭਾਵੇਂ ਮੈਂ ਸਵੇਰੇ ਪਹੁੰਚਣਾ ਵਾ ਕੋਈ ਗੱਲ ਹੀ ਹੈ ਨਾ। ਤੇ ਅੱਜ ਹੈਗਾ ਜੀ ਮਗਲ ਤੇ ਹਫ਼ਤੇ ਦੇ ਵਿੱਚ ਵਿੱਚ ਸ਼ੁਰੂ ਕਰਦੇ ਹਾਂ ਆਪਾਂ ਕੰਮ ਫਿਰ। ਹਾਂ ਹਫ਼ਤੇ ਨੂੰ ਕਰ ਲਾਂਗੇ ਕੋਈ ਗੱਲ ਹੀ ਹੈ ਨਾ। ਤੇ ਫਿਰ ਇੰਜ ਕਰਿਓ ਤੁਸੀਂ ਸਵੇਰੇ ਆ ਕੇ ਪੈਸੇ ਪੱਕਾ ਫੜ ਲਿਓ ਆ ਕੇ। ਪੈਸੇ ਕੋਈ ਗੱਲ ਨਹੀਂ ਫਿਰ ਮੈਂ 8 ਵਜੇ ਦੇਖਾਂਗਾ ਤੇ 8 ਵਜੇ ਸਵੇਰੇ ਉਸ ਕੰਮ ਕਰਨ ਮਿਲ ਕੇ ਪਹੁੰਚਾਂਗਾ ਤੁਸੀਂ। ਚਲੋ ਠੀਕ ਆ ਮੈਂ 5 ਵਜੇ ਸਵੇਰੇ 5 ਵਜੇ ਜਾਗ ਜਾਂਦਾ ਤੁਸੀਂ ਆ ਜਾਂ ਤੇ ਮੇਰੇ ਕੋਲ ਪੈਸੇ ਪਏ ਆ ਤੁਸੀਂ ਫੜ ਲਿਓ ਪੈਸੇ 30 ਲੱਖ ਰੁਪਇਆ। ਕੋਈ ਗੱਲ ਨਹੀਂ ਇੰਨੇ ਪੈਸੇ ਕਹੀਏ ਕੰਮ ਕੀ ਜੇ। ਤੇ ਕੰਮ ਤੁਹਾਨੂੰ ਦੱਸਿਆ ਸੀ ਨਾ ਆਪਾਂ ਮਕਾਨ ਪਹਿਲਾਂ ਵੀ ਸ਼ੁਰੂ ਕਰਾਇਆ ਸੀਗਾ। ਹਾਂ ਤੇ ਤੁਸੀਂ ਦੱਸਿਆ ਕਿ ਬੁਨਿਆਦਾਂ ਤੱਕ ਪਹੁੰਚੇ। ਹਾਂ ਤੇ ਬੁਨਿਆਦਾਂ ਤੱਕ ਤੇ ਉਹੀ ਆ ਨਾ ਤੇ ਆਪਣੇ ਨਾਲ ਹੈਗਾ ਚਾਚਿਆਂ ਦਾ ਘਰ। ਹਾਂ ਆਪਣੇ ਘਰ ਦੇ ਨਾਲ ਚਾਚਿਆਂ ਦਾ ਘਰ ਹੈ ਤੇ ਉਹ ਆਪਣੇ ਵੱਡਿਆਂ ਨੇ ਦਾਦਿਆਂ ਨੇ ਤੇ ਆਪਣਾ ਸਾਨੂੰ ਥਾਂ ਵੰਡ ਕੇ ਦਿੱਤਾ ਸੀਗਾ ਤੇ ਅਸੀਂ ਆਪਦਾ ਅੱਧਾ ਬਣਾ ਰਹੇ ਸੀ ਤੇ ਉਹਦੇ ਵਿੱਚ ਰੌਲਾ ਪੈ ਗਿਆ ਸੀ। ਅੱਛਾ ਤੇ ਅਸੀਂ ਬੁਨਿਆਦਾਂ ਕਢਾਈਆਂ ਤੇ ਮਿਸਤਰੀ ਲੱਗੇ ਤੁਹਾਡੇ ਵਰਗੇ 100 ਸ਼ਰੀਫ ਆਦਮੀ ਵਿਚਾਰੇ। ਅੱਛਾ ਮਿਸਤਰੀ ਸ਼ਰੀਫ ਹੀ ਹੁੰਦੇ ਆ। ਉਹਨਾਂ ਨੇ ਕੀ ਲੈਣਾ? ਕੰਮ ਕਰਨੀ ਮਿਹਨਤ ਕਰਨੀ ਪੈਸਾ ਲੈਣਾ। ਤੇ ਉਹ ਇੰਜ ਸੀ ਬੁਨਿਆਦਾਂ 3-3 ਫੁੱਟ ਤਾਂ ਆਈਆਂ ਸੀ ਜ਼ਮੀਨ ਤੋਂ। ਹਾਂ ਅੱਛਾ ਤੇ ਉਹ ਮਿਸਤਰੀ ਲੱਗੇ ਸੀ 5-7 ਦੇ 4-5 ਵਜੇ ਉਹ ਸੀਗੇ। ਹਾਂ ਤੇ ਇੱਧਰ ਪਾਸੋਂ ਮੇਰੇ ਚਾਚਿਆਂ ਦੇ ਯਾਰਾਂ ਦਾ ਚੜਿਆ ਹੀ ਜਥਾ ਉੱਪਰ ਆ ਕੇ ਘੇਰਾ ਤੇ ਫਿਰ ਤੇ ਫਸ ਕੇ ਉਹਨਾਂ ਨੂੰ ਪੈ ਗਏ। ਉਹ ਤੇ ਅੱਲਾ ਮਿਹਰ ਕਰੇਗਾ ਉਹ ਤੇ ਉਹਨਾਂ ਨੇ ਰੌਲਾ ਪੈ ਲਿਆ ਕਿ ਇਹ ਸਾਡਾ ਪਲਾਟ ਦਾ ਹਿੱਸਾ ਹੈ ਇਹਦੇ ਵਿੱਚ। ਅੱਛਾ ਤੇ ਹੁਣ ਤੁਸੀਂ ਦੇਖੋ ਤੇ ਹੁਣ ਉਹ ਪਲਾਟ ਸਾਡੇ ਬਜ਼ੁਰਗ ਵੰਡ ਗਏ ਤੇ ਇਹਦੇ ਵਿੱਚ ਕੀ ਰੌਲਾ ਇਹ ਪਲਾਂ ਨੇ ਮਾੜੀ ਗੱਲ ਹੈ। ਤੇ ਤੁਸੀਂ ਇਹ ਦੇਖੋ ਵੀ ਇੱਧਰੋਂ ਮਿਸਤਰੀ ਆਪਣੇ ਮਸਾਲੇ ਫੜੇ ਆ ਤੇ ਇੱਟਾਂ ਲਾ ਰਹੇ ਆ ਤੇ ਇੱਧਰੋਂ ਉਹਨਾਂ ਦਾ ਜੱਥਾ ਚੜਿਆ ਹੀ ਤੇ ਜਨਾਬ ਪਤਾ ਹੀ ਉਦੋਂ ਲੱਗਿਆ ਜਦੋਂ ਮਿਸਤਰੀਆਂ ਦੇ ਸਿਰ ਖੁੱਲਣੇ ਸ਼ੁਰੂ ਹੋ ਗਏ। ਉਹ ਤੁਹਾਡੀ ਮਾਰਿਆ ਤੇ ਬਸ ਕਹਿੰਦੇ ਇੰਨੇ ਮਾੜੀ ਗੱਲ ਹੈ ਅੱਲਾ ਨੂੰ ਜਾਣ ਦੇਣੀ ਨਹੀਂ ਬਸ ਉਹ ਕਹਿੰਦੇ ਕਿ ਅਸੀਂ ਤੁਹਾਨੂੰ ਨਹੀਂ ਕੰਮ ਕਰ ਦੇਣਾ ਇੱਥੇ। ਤੇ ਹੁਣ ਮਿਸਤਰੀ ਕਿਵੇਂ ਹੈ ਫਿਰ? ਤੇ ਜਿਹੜਾ ਠੇਕੇਦਾਰ ਸੀ ਉਹ ਨਿੰਮ ਦੇ ਹੇਠਾਂ ਬੈਠਾ ਸੀ ਤੇ ਠੇਕੇਦਾਰ ਹਾਂ ਹਾਂ ਤੇ ਉਹ ਠੇਕੇਦਾਰ ਸੀ ਜਿਹੜਾ ਉਹ ਨਿੰਮ ਦੇ ਹੇਠਾਂ ਬੈਠਾ ਸੀ। ਅੱਛਾ ਹਾਂ ਤੇ ਉਹਨੂੰ ਪੈ ਗਏ ਨੇ 2-4 ਜਣੇ ਆ ਵੀ ਤੇ ਉਹ ਅੱਲਾ ਤੇ ਇਸ ਕਿਸਮ ਦਾ ਖੋਲਿਆ ਮਾਸ਼ਾਅੱਲਾ ਕਿ ਮਾਰ ਮਾਰ ਕੇ ਕਿ ਉਸ ਮਿਸਤਰੀਆਂ ਲੱਤਾਂ ਤੋੜਤੀਆਂ ਉਹਦੀ ਬਾਹਾਂ ਤੋੜਤੀਆਂ। ਤੁਸੀਂ ਪੁੱਛੋ ਨਾ ਕੁਝ ਤੇ ਰਹਿ ਗਿਆ ਉਹਨਾਂ ਕੰਮ ਕਾਰ ਤੋਂ ਤਾਂ ਜਮਾਂ। ਤੇ ਮੇਰੀ ਗੱਲ ਸੁਣੋ ਜੀ ਜਿਹੜਾ ਉਹ ਠੇਕੇਦਾਰ ਹੈ ਉਹ ਮੇਰੇ ਉਹ ਹੁਣ ਹੋ ਗਿਆ 1.5 ਮਹੀਨਾ ਹਸਪਤਾਲ 'ਚ ਪਈ ਨੇ ਜੀ।
ਮਾੜੀ ਗੱਲ ਅੱਲਾ ਨੂੰ ਜਾਨ ਦੇਣੀ ਤੇ ਹੁਣ ਕਹਿੰਦੇ ਤੂੰ ਪਲਾਟ ਸ਼ੁਰੂ ਕਰਾ ਕੇ ਦਿਖਾ ਦੂ ਮੈਂ ਵੀ ਉਹਨਾਂ ਨੂੰ ਕਿਹਾ ਕਿ ਹੁਣ ਮਿਸਤਰੀ ਆਏਗਾ ਇੱਕ ਬਹੁਤ ਤਕੜਾ ਮਿਸਤਰੀ ਆਏਗਾ ਤੁਸੀਂ ਪਹਿਲਾਂ ਪੁੱਛ ਰਹੇ ਸੀ ਉਹ ਮਿਸਤਰੀ ਦਾ ਕੀ ਹੋਇਆ ਹਨਾ ਠੇਕੇਦਾਰ ਦਾ ਤੇ ਉਹਨਾਂ ਨੂੰ ਮੈਂ ਭੇਜ ਰਿਹਾ ਲਗਭਗ 20-25,000 ਰੁਪਇਆ ਮਹੀਨਾ ਭੇਜ ਰਿਹਾ ਮਤਲਬ ਫਿਰ ਉਹ ਕੰਮ ਤੋਂ ਜਮੀ ਰਹਿ ਗਏ ਮੰਜੇ ਦੀ ਪਏ ਉਹ ਕੰਮ ਨੂੰ ਛੱਡੋ ਜੀ ਉਹਦਾ ਸਿਰ ਖੋਲਿਆ ਪਿਆ ਉਹਨੂੰ 1.5 ਮਹੀਨਾ ਹੋ ਗਿਆ ਹਸਪਤਾਲ 'ਚ ਪਿਆ ਚਲੋ ਇਹ ਗੱਲਾਂ ਛੱਡੋ ਤੁਸੀਂ ਹੁਣ ਕੋਈ ਤੁਸੀਂ ਕੰਮ ਦੱਸੋ ਕਿੱਦਣ ਸ਼ੁਰੂ ਕਰਨਾ ਜੀ ਤੇ ਕੰਮ ਤੇ ਕੋਈ ਨਹੀਂ ਕਰ ਲਾਂਗੇ ਤੇ ਮੈਨੂੰ ਹਿੰਜ ਦੱਸੋ ਕਿ ਤੇ ਫਿਰ ਮੈਨੂੰ ਹੀ ਪੈਣਗੇ ਉਹ ਨਹੀਂ ਨਹੀਂ ਤੁਸੀਂ ਕੰਮ ਦੱਸੋ ਕਿੱਦਾਂ ਕਰਨਾ ਤੁਸੀਂ ਤੁਹਾਡੇ ਨਾਲ ਬੰਦੇ ਖੜੇ ਹੋਣਗੇ ਇਹ ਕਿਵੇਂ ਕੰਮ ਕਰ ਲਈ ਤੇ ਮਿਸਤਰੀ ਦੇ ਸਿਰ ਖੁੱਲੇ ਪਏ ਆ ਤੇ ਮੈਂ ਹਿੰਜ ਕਿਵੇਂ ਕੰਮ ਸ਼ੁਰੂ ਕਰ ਲਵਾਂ ਉਹ ਨਹੀਂ ਚਾਚਾ ਜੀ ਤੁਸੀਂ ਮੈਂ ਕਿ ਉਹਨਾਂ ਨੂੰ ਕਿਹਾ ਵੀ ਮਿਸਤਰੀ ਹੁਣ ਮੇਰੀ ਅੱਗ ਆਏਗਾ ਹੁਣ ਤੁਸੀਂ ਲਵੇ ਲੱਗ ਕੇ ਦਿਖਾਇਓ ਉਹਨਾਂ ਨੂੰ ਨਹੀਂ ਮੈਂ ਇੰਨੀ ਅੱਗ ਨਹੀਂ ਹਾਂ ਮੈਂ ਇੰਜ ਲੱਗਦਾ ਉਂਝ ਲੱਗਦਾ ਤੇ ਮੈਂ ਹੈ ਨਹੀਂ ਇੰਨਾ ਕੋਈ ਤੇ ਚਾਚਾ ਤੂੰ ਰੌਲਾ ਤਾਂ ਕਰਦਾ ਰੌਲਾ ਤੂੰ ਮਿਸਤਰੀ ਤੂੰ ਲੈ ਕੇ ਆ ਤੂੰ ਲੇਬਰ ਲੈ ਕੇ ਆ ਤਾਂ ਤੇ ਮੈਂ ਲੇਬਰ ਲੈ ਆਵਾਂਗਾ ਤੇ ਫਿਰ ਮੇਰਾ ਕੀ ਉਹਨਾਂ ਨੇ ਮੈਨੂੰ ਮਾਰ ਛੱਡਣਾ ਮੇਰਾ ਸਿਰ ਖੋਲਤਾ ਤੇ ਫਿਰ ਮੇਰਾ ਤਾਂ ਪਰਿਵਾਰ ਰੁਲ ਜਾਣਾ ਮੈਂ ਉਹੀ 50-60 ਸਾਲਾਂ ਦਾ ਹੋਇਆ ਪਿਆ ਉਹ ਨਹੀਂ ਮੈਂ ਉਹਨਾਂ ਨੂੰ ਕਹਿ ਕੇ ਆਇਆ ਕਿ ਹੁਣ ਆਏਗਾ ਸਾਨ ਸਾਨ ਚਾਚਾ ਮੇਰਾ ਵੇਚਣਾ ਨਹੀਂ ਉਹਨੂੰ ਸਾਨ ਵਾਲੀ ਗੱਲ ਤੇ ਕੋਈ ਨਹੀਂ ਤੇ ਫਿਰ ਉਹਨਾਂ ਕੋਲ ਹਥਿਆਰ ਹਥੂਰ ਹੋਣੇ ਆ ਤੇ ਫਿਰ ਮੇਰਾ ਤਾਂ ਉਹਨਾਂ ਨੇ ਕੱਖ ਨਹੀਂ ਛੱਡਣਾ ਸਾਨ ਦਾ ਕੀ ਕਰਨਾ ਸਾਨ ਦੇ ਡਾਂਗ ਮਾਰਨੀ ਤੇ ਸਾਨ ਭੱਜਿਆ ਜਾਣਾ ਤੇ ਗੱਲ ਇਹ ਹੈ ਤੇ ਕਿ ਪੁੱਤ ਮੇਰੀ ਗੱਲ ਸੁਣਾ ਚਾਚਾ ਤੂੰ ਤੇ ਕਦੇ ਪੁੱਤ ਕਹਿਣਾ ਕਦੇ ਚਾਚਾ ਕਹਿਣਾ ਤੇ ਪਹਿਲਾਂ ਗੱਲ ਕਲੀਅਰ ਕਰ ਲੈ ਤੇ ਚਾਚਾ ਮੈਂ ਆਪ ਤੇਰੇ ਗੱਲਾਂ 'ਚ ਅੜਜ ਗਿਆ ਸਾਂ ਅੱਛਾ ਤੇ ਮੈਂ ਉਹਨਾਂ ਨੂੰ ਤੂੰ ਮੈਂ ਤੈਨੂੰ ਐਂ ਤੈਨੂੰ ਐਂ ਤੈਨੂੰ ਮੈਂ ਗਰੰਟੀ ਦਿੰਦਾ ਕਿ ਤੇ ਸਾਰੇ ਬੰਦੇ ਕੰਮ 'ਤੇ ਹੋਣਗੇ ਕਿ ਤੂੰ ਬਾਕੀ ਦੇ ਸਾਰੇ ਬੰਦੇ ਨਾ ਆਪਣੇ ਕੋਠਿਆਂ 'ਤੇ ਖਲੋ ਦੀ ਅੱਛਾ ਹਾਂ ਕੋਠਿਆਂ 'ਤੇ ਖਲੋ ਦੀ ਕਿ ਉਧਰੋਂ ਬੰਦੇ ਆਉਣਗੇ ਤੇ ਉਹ ਗੋਲੀਆਂ ਮਾਰਨਗੇ ਨਾ ਜਦੋਂ ਮਿਸਤਰੀਆਂ ਦੇ ਉਹ ਰੌਲਾ ਪਾ ਦੇਣਗੇ ਤੂੰ ਭੱਜ ਨਹੀਂ ਤੇ ਮੈਂ ਹੈਲਮਟ ਪਾ ਕੇ ਕੰਮ ਕਰਾਂਗਾ ਤੇ ਮੇਰੇ ਗੋਲੀਆਂ ਮਾਰਨਗੇ ਤੂੰ ਗੱਲਾਂ ਕੀ ਕਰਦਾ ਪਿਆ ਉਹ ਨਹੀਂ ਚਾਚਾ ਮੈਂ ਤੈਨੂੰ ਇੰਜ ਥੋੜੀ ਕਹਿਣ ਲਿਆ ਤੇ ਹੋਰ ਕੀ ਕਹਿਣ ਡਿਆ ਤੂੰ ਉੱਥੇ ਚਾਚਾ ਹੈਲਮਟ ਪਾ ਕੇ ਕੰਮ ਕਰੇ ਹੁਣ ਸਾਡਾ ਚਾਚਾ ਆਊਗਾ ਸਾਨ ਚਾਚਾ ਵਿਸ਼ਨਾ ਤੇ ਅੱਲਾ ਕਿਰਪਾ ਕਰੇ ਤੇ ਆਪਾਂ ਦੇਖੀ ਚੱਕ ਦੇਣਾ ਕੰਮ ਨੂੰ ਉੱਥੇ ਨਹੀਂ ਮੈਂ ਕੀ ਚੱਕਣਾ ਤੁਸੀਂ ਕੰਮ ਆਪਣਾ ਆਪ ਦੇਖੋ ਰੌਲਾ ਤੇ ਮੈਂ ਕੀ ਚੱਕਾਂਗਾ ਮੈਥੋਂ ਤਾਂ ਕਰ ਨਹੀਂ ਮਸਾਂ ਚੱਕੀ ਜਾਂਦੀ ਮੈਂ 60 ਸਾਲਾਂ ਦਾ ਹੋਇਆ ਪਿਆ ਨਹੀਂ ਤੈਨੂੰ ਮੈਂ ਗੱਲ ਦੱਸਦਾ ਇਹ ਮੇਰੇ ਚਾਚੇ ਦੇ ਮੁੰਡੇ ਆ ਨਾ ਜਿਹੜੇ ਇਹਨਾਂ ਨੇ ਸੱਬਲਾਂ ਰੱਖੀਆਂ ਤੇ ਕਈਆਂ ਰੱਖੀਆਂ ਤੇ ਇੱਕ ਗੱਲ ਹੋਰ ਕਈਆਂ ਤੇਰੇ ਕੋਲ ਵੀ ਆਪਾਂ ਦੇਣੀਆਂ ਨੇ ਚੰਡ ਕੇ ਦੇਣੇ ਪੂਰੀਆਂ ਚੰਡ ਕੇ ਪਹਿਲਾਂ ਤੂੰ ਮੈਨੂੰ ਐਂ ਦੱਸ ਦੇ ਤੁਸੀਂ ਇੰਨਾ ਕੁਛ ਹਥਿਆਰ ਰੱਖੇ ਤੁਸੀਂ ਕਸਾਈ ਕਸੂਈ ਜੇ ਤੁਸੀਂ ਉਹ ਨਹੀਂ ਮੇਰੀ ਗੱਲ ਸੁਣ ਚਾਚਾ ਮੈਂ ਉਹਨਾਂ ਨੂੰ ਕਿਹਾ ਵੀ ਸਾਡਾ ਚਾਚਾ ਇਹਸਾਨ ਚਾਚਾ ਏ ਨਹੀਂ ਇਹ ਚਾਚੇ ਨੂੰ ਸਾਨ ਸਾਨ ਕਰੀਏ ਨਾ ਚਾਚਾ ਮਰਵਾਉਣਾ ਹੀ ਪੜਵਾਉਣਾ ਹੀ ਤੂੰ ਉਹ ਨਹੀਂ ਮੇਰੀ ਗੱਲ ਰੱਖੀਏ ਤੇ ਦੁਬਾਰਾ ਰੱਖੇ ਗੋਲੀਆਂ ਮਾਰ ਦੇ ਚਾਚਾ ਤੂੰ ਸਵੇਰ ਹੀ ਆ ਤੂੰ ਮੈਨੂੰ ਐਂ ਤੇ ਮੈਂ ਕੀ ਕਰ ਕਿੱਟ ਨਹੀਂ ਲਾ ਸਕਦਾ ਤੁਸੀਂ ਮਕਾਨ ਪਾਉਣ ਦੀ ਗੱਲਾਂ ਕਰਦੇ ਮੈਂ ਚਾਚਾ ਨੋਟ ਗਿਣੇ ਪਿਆ ਗਿਣੇ ਲਫਾਫੇ 'ਚ ਪਾਏ ਪਿਆ ਨੋਟ ਤੇ ਨੋਟਾਂ ਨੇ ਜਾਣ ਕਿਉਂ ਨਹੀਂ ਦੇਣੀ ਮੈਨੂੰ ਦੂਜੀ ਨਹੀਂ ਚਾਚਾ ਮੇਰੀ ਗੱਲ ਸੁਣਾ ਆਪਾਂ ਇਹ ਕੰਮ ਕਰਨਾ ਹੀ ਤੇ ਇੱਕ ਕੋ ਮੇਰੇ ਕੋਲ ਹੋਰ ਸਲਾਹ ਹੀ ਜਦੋਂ ਉਰਾਂ ਪਰਾਂ ਹੋਣਗੇ ਨਾ ਰਾਤ ਵੇਲੇ ਉਰਾਂ ਪਰਾਂ ਹੁੰਦੇ ਆ ਉਹ ਆਪਾਂ ਉਦੋਂ ਕੰਮ ਕਰਦੇ ਨੇ ਉਦੋਂ ਤਾਂ ਮੰਨ ਜਾਏਗਾ ਤੂੰ ਤੇ ਫਿਰ ਹੈਂਜ ਕਹਿਣਾ ਰਾਤ ਨੂੰ ਜਦ ਗੱਲ ਹੈ ਤੇ ਮੈਂ ਇੰਨਾ ਰੌਲੇ ਨਹੀਂ ਸੀ ਪੈਣਾ ਜੇ ਤੂੰ ਪਹਿਲਾਂ ਮੈਨੂੰ ਦੱਸ ਛੱਡਦਾ ਵੀ ਰਾਤ ਨੂੰ ਕੰਮ ਕਰ ਲਾਂਗੇ ਆਪਾਂ ਉਸ ਰਾਤ ਨੂੰ ਕਿਸ ਟਾਈਮ ਮੈਂ ਆਵਾਂਗੇ ਆਪਾਂ ਉਹ ਲਾ ਲਓ 9 ਰਾਤ ਨੂੰ 9 ਵਜੇ ਉਹ ਅੰਦਰ ਵੜ ਜਾਂਦੇ ਆ ਵੈਸੇ ਬਾਹਰ ਨਹੀਂ ਨਿਕਲਦੇ ਹੁੰਦੇ ਅੱਛਾ ਤੇ ਕਿੰਨੇ ਵਜੇ ਤੱਕ ਉਹ 12, 1, 2, 3, 4 ਵਜੇ ਦੀ ਮੇਰੀ ਗੱਲ ਸੁਣ ਤੂੰ ਮੈਨੂੰ ਕਰਦੇ ਕੀ ਨੇ ਉਹ ਬਸ ਸ਼ਿਕਾਰੀ ਨੇ ਹਨਾ ਉਹ ਬਗਿਆੜ ਰੱਖੇ ਨੇ ਸ਼ਿਕਾਰੀ ਬੜੇ ਦੰਦੇ ਵੱਡੇ ਵੱਡੇ ਦੰਦਾਂ ਵਾਲੇ ਅੱਛਾ
ਤੇ ਫਿਰ ਮੈਂ ਤੇ ਫਿਰ ਮੈਂ ਕੀ ਕਰੂੰਗਾ, ਤੇ ਮੇਰੇ ਲੱਤਾਂ ਲੱਤਾਂ ਵੱਢ ਛੱਡਣੀਆਂ ਉਹਨਾਂ ਨੇ। ਨਹੀਂ ਚਾਚਾ, ਚਾਚਾ ਵਿਸਾਰ ਤਾ ਤੂੰ, ਮੈਨੂੰ ਮੈਂ ਚਾਚਾ ਵਿਸਲਾ ਤੂੰ ਮੈਂ ਤੂੰ ਮੈਂ ਮੇਰੇ ਮੂੰਹ ਚ ਤੇਰੇ ਗੱਲ ਨਹੀਂ ਮਿਲਦੀ, ਮੇਰੇ ਚਾਚਾ ਤੂੰ ਸਾਂਹ ਜੱਟ, ਮੈਂ ਉਹਨਾਂ ਨੂੰ ਕਹਿ ਕੇ ਆਇਆ ਤੇ ਸਾਂਹ। ਨਹੀਂ ਮੈਂ ਸਾਂਹ ਨੂੰ ਕੀ ਕਰਾਂਗਾ ਯਾਰ, ਤੂੰ ਮੈਂ ਨਹੀਂ ਕਰ ਸਕਦਾ ਇਹ ਕੁਝ। ਨਹੀਂ ਮੈਂ ਹੁਣ ਤੈਨੂੰ ਕਹਿਣਾ, ਜਿਹੜਾ ਤੇਰੇ ਵੱਲ ਆਵੇ ਨਾ ਆਪਾਂ ਉਹਦੀਆਂ ਲੱਤਾਂ ਵੱਢ ਦੇਣੀਆਂ ਨੇ, ਲੱਤਾਂ ਵੱਢ ਦੇਣੀਆਂ ਨੇ। ਲੱਤਾਂ ਤੂੰ ਲੱਤਾਂ ਛੱਡ, ਤੂੰ ਇੰਜ ਕਰ ਲੈ ਜਿਵੇਂ ਤੂੰ ਮਕਾਨ ਬਣਾਉਣਾ, ਤੂੰ ਪੂਰੀ ਆਰਮੀ ਨੂੰ ਬੁਲਾ ਲੈ, ਫਿਰ ਸਿਕਿਉਰਿਟੀ ਲਾ ਕੇ ਮੈਂ ਮਕਾਨ ਬਣਾ ਲੈਣਾ। ਨਹੀਂ ਚਾਚਾ ਮੇਰੀ ਗੱਲ ਸੁਣ, ਆਪਾਂ ਚੱਲਾਂਗੇ, ਤੂੰ ਮੇਰੇ ਕੋਲ ਸਵੇਰੇ ਆ, ਮੈਂ ਜਾਣਾ ਦੁਬਈ, ਤੂੰ 25-27 ਲੱਖ ਰੁਪਇਆ ਜੋ ਜਿਹੜਾ ਕਿ ਲੈਣਾ ਲੈ ਜਾ। ਤੇ ਮੈਂ 25-27 ਲੱਖ ਮੈਂ ਕੱਖ ਨਹੀਂ ਲੈ ਕੇ ਜਾਣਾ, ਤੇ ਮੈਂ ਨਾ ਆਉਣਾ ਨਾ ਤੇਰਾ ਮੈਂ ਕੰਮ ਕਰਨਾ, ਤੇ ਮੈਂ ਭਰਨਾ ਤੋੜੀ ਹੈ, ਤੂੰ ਇਹੋ ਜਿਹੀ ਗੱਲਾਂ ਕਰਦਾ ਪਈ। ਨਹੀਂ ਚਾਚਾ ਹੌਲੀ, ਬਹੁਤ ਹੌਲੀ ਉਹ। ਨਹੀਂ ਚਾਚਾ ਹੌਲੀ ਬੋਲ, ਹੌਲੀ ਤੂੰ ਗੱਲਾਂ ਹੀ ਉੱਚੀ ਬੋਲਣ ਦੇ ਵਾਲੀ ਗੱਲ। ਇੱਕ ਮਿੰਟ ਚਾਚਾ, ਚਾਚਾ ਬਿਸ਼ਨਾ ਤੇ ਮਰ ਗਈ ਚਾਚਾ ਬਿਸ਼ਨਾ ਤੇਰੇ ਲਈ। ਉਹ ਨਹੀਂ ਮੇਰੀ ਗੱਲ ਸੁਣ, ਉਹ ਮੇਰੇ ਚਾਚੇ ਦੇ ਉਹ ਮੁੰਡੇ ਆ ਨਾ ਜਿਹੜੇ, ਉਹਨਾਂ ਦੇ ਯਾਰਾਂ ਨੇ ਨਵੀਆਂ ਪਸਤੌਲਾਂ ਲਿਆਂਦੀਆਂ ਨਵੀਆਂ। ਅੱਛਾ, ਉਹ ਕਹਿੰਦੇ ਜਦੋਂ ਅਸੀਂ ਨਵੀਆਂ ਪਸਤੌਲਾਂ ਦੇ ਵਿੱਚ ਗੋਲੀ ਚਲਾਵਾਂਗੇ ਨਾ ਠਾ ਕਰਕੇ, ਕਿਹੜਾ ਦੇਖਾਂਗੇ ਮਿਸਤਰੀ ਆ। ਮੈਂ ਉਹਨਾਂ ਨੂੰ ਵੀ ਕਿਹਾ ਮੇਰਾ ਚਾਚਾ ਬਸਰਤ, ਉਹ ਕੋਈ ਚਾਚੇ ਸੁਣਾ ਨਹੀਂ ਆ ਰਿਹਾ ਤੇਰਾ, ਮੇਰੀ ਗੱਲ ਸੁਣ ਤੇ। ਅੱਛਾ ਨਵੀਆਂ ਪਸਤੌਲਾਂ ਰੱਖੀਆਂ ਤੇ ਅੱਜ ਜੰਗ ਵੀ ਲੱਗੀ ਹੋਵੇ ਗੋਲੀ ਗੋਲੀ ਨੂੰ ਕੇ ਠਾ ਕਰਕੇ ਲੱਗੇ ਤੇ ਚਾਚੇ ਦਾ ਕੰਮ ਨਹੀਂ। ਨਹੀਂ ਮੈਂ ਅੱਡੂਗੀ ਤੁਹਾਡੇ ਵਾਲੀ। ਮੈਂ ਤੈਨੂੰ ਆਨਾ ਕਿ ਤੇਰੇ 6 ਮੁੰਡੇ ਆ ਨਾ, ਤੇਰੇ 6 ਚਾਚੇ ਬਿਛੜੇ ਨੇ ਆ ਕੇ ਗੱਜਣਾ ਨਾ, ਉਹ ਨਹੀਂ ਮੇਰੇ ਚਾਚਾ ਮੇਰੀ ਗੱਲ ਸੁਣ, ਤੂੰ ਜਿਹੜਾ ਆਪਾਂ ਮਕਾਨ ਪਾਵਾਂਗੇ ਨਾ, ਤੂੰ ਮੇਰੇ ਤੋਂ ਤੜਕੇ ਆ ਕੇ 20-25-26 ਲੱਖੀ ਰੁਪਇਆ ਜਿੰਨਾ ਤੂੰ ਲੈ ਕੇ ਜਾਣਾ ਲੇਬਰ ਨੂੰ, ਕੋਈ ਘਾਟਾ ਵਾਧਾ ਨਹੀਂ ਹੋਣਾ ਚਾਹੀਦਾ। ਉਹ ਨਹੀਂ ਉਹ ਮੇਰੀ ਗੱਲ ਸੁਣ ਤੂੰ ਚਾਚਾ ਬਿਸ਼ਨਾ, ਤੂੰ ਸਵੇਰੇ ਜਿਹੜੇ ਆਉਣਾ ਨਾ 7 ਵਜੇ, ਸਵੇਰੇ ਜਾ ਕੇ ਕਹਿਣਾ ਨਾ ਮੇਰਾ ਚਾਚਾ ਬਿਸ਼ਨਾ ਆ ਗਿਆ, ਹੁਣ ਨਿਕਲੋ ਜਿਹੜਾ ਬਾਹਰ ਨਿਕਲ। ਉਹ ਚਾਚਾ ਹੌਲੀ ਬੋਲ, ਹੌਲੀ ਸਾਂ ਚੜ ਜੇਗਾ ਤੈਨੂੰ, ਸਾਂ ਚੜ ਤੂੰ ਮੇਰੇ ਸਾਂਕੜੇ ਵਾਹਣ ਨੂੰ ਫਿਰ ਦਿੱਤੇ ਮੈਂ ਆ ਜਾ ਤੇ ਮੇਰੀ ਗੋਲੀ ਮਾਰ ਕੇ ਤੇਰੇ ਚਾਚੇ ਮੁੰਡੇ ਚਾਚਾ ਮੈਂ ਤੈਨੂੰ ਕਹਿਣਾ ਤੂੰ ਟੈਨਸ਼ਨ ਜਮੀ ਨਹੀਂ ਲੈਣਾ, ਮਿਸਤਰੀ ਤੇਰੇ ਲੱਗੇ ਹੋਣਗੇ ਕੰਮ ਤੇ ਤੇਰੀ ਆਪਾਂ ਮੰਜੀ ਤੇਰੀ ਆਪਾਂ ਮੰਜੀ ਡਾਹ ਦੇਣੀ ਏ ਨਿੰਮ ਦੇ ਹੇਠਾਂ ਜਿੱਥੇ ਪਿਛਲਾ ਠੇਕੇਦਾਰ ਨਹੀਂ ਬੈਠਿਆ ਸੀ। ਆਹੋ ਤੇ ਉਹਦੇ ਮਗਰ ਚਾਚੇ ਦਾ ਸਿਰ ਖਲਵਾ ਦੇਈ ਤੇਰਾ, ਤੈਨੂੰ ਸਬਰ ਆ ਜਾਏਗਾ ਜੇ ਮੈਂ 4 ਰੋਟੀਆਂ ਖਵਾ ਕਮਾ ਕੇ ਖਵਾਉਣਾ ਪਰਿਵਾਰ ਨੂੰ। ਨਹੀਂ ਚਾਚਾ ਮੇਰੇ ਉਹ ਵੀ ਰੁਲ ਜਾਣੀ, ਕੰਮ ਤੇ ਤੇਰੇ ਮਿਸਤਰੀਆਂ ਨੇ ਕਰਨਾ ਨਾ। ਨਹੀਂ ਕੰਮ ਤੇ ਤੂੰ ਕਰਾ ਦੇਣਾ, ਮੇਰਾ ਕੰਮ ਤਾਂ ਮੇਰਾ ਹੀ ਹੋ ਜਾਣਾ ਉੱਥੇ ਜਾ ਕੇ। ਨਹੀਂ ਚਾਚਾ ਜਦੋਂ ਤੇਰੇ 5-6 ਮਿਸਤਰੀ ਲੱਗੇ ਕੰਮ ਤੇ, 5-6 ਤੇ ਮੈਂ ਉਤਰਾ ਹੋ ਜਾਣਾ, ਤੇ ਮੈਂ 5-6 ਜੰਮੇ ਤੇਰੇ ਮਰਵਾਉਣ ਵਾਸਤੇ ਥੋੜੀ ਜੰਮੇ ਸੀ। ਨਹੀਂ ਤਰਾ ਨਾ ਗੱਲ ਨਾ ਕਰ ਤੂੰ ਚਾਚਾ, ਜਦੋਂ ਤਰਾ ਆਪਾਂ ਨੇ ਉਹਨਾਂ ਦਾ ਕੱਢਣਾ ਹੈ ਨਾ। ਤਰਾ ਤਾਂ ਮੇਰਾ ਹੀ ਨਿਕਲਿਆ ਪਿਆ, ਤੂੰ ਤਰਾ ਉਹਨਾਂ ਦਾ ਕੱਢਣ ਦੀ ਗੱਲ ਕਰਦਾ, ਮਰ ਗਏ ਚਾਚਾ ਤੂੰ ਫੋਨ ਕੱਟ, ਤੂੰ ਮੈਂ ਤੇਰੇ ਨਾਲ ਕੋਈ ਗੱਲ ਨਹੀਂ ਕਰਨੀ, ਕੋਈ ਤੇਰੇ ਘਰੇ ਨਹੀਂ ਆ ਰਿਹਾ ਹੈਗਾ। ਨਹੀਂ ਚਾਚਾ ਉਹਨੇ ਬਗਿਆੜ ਰੱਖੀ ਆ, ਕਦੇ ਤੇਰੇ ਵਾਲਾ ਰੱਖੀ ਹੈ ਕਿ ਉਹ ਨਿਸ਼ਾਨ ਹੈ ਕਿ ਜਾਨਵਰੀ ਨਾਲੇ ਤੂੰ ਤੂੰ ਚਾਚਾ ਮਰਵਾਉਣਾ, ਤੂੰ ਮੇਰੇ ਨਾਲ ਮਜ਼ਾਕਾਂ ਕਰਦਾ ਪਿਆ, ਮੈਂ ਤੇਰੀ ਸਹਾਈ ਲੱਗਦਾ ਨਾ। ਉਹ ਨਹੀਂ ਕਿਹੋ ਜਿਹਾ ਗੱਲਾਂ ਕਰਦਾ ਤੂੰ, ਤੂੰ ਪਹਿਲਾਂ ਮਿਸਤਰੀ ਦੋ ਮਰਵਾ ਛੱਡਣ ਤੇ ਹੁਣ ਮੇਰੀ ਵਾਰੀ ਆ ਗਈ ਤੇ। ਉਹ ਚਾਚਾ ਤੂੰ ਮੈਂ ਤੈਨੂੰ ਗੱਲ ਆਉਂਦਾ, ਤੂੰ ਮੈਂ ਸਵੇਰੇ 7 ਵਜੇ ਡੀਕਣਾ ਹੀ ਕੋਈ ਮੈਂ ਡੀਕਣਾ ਨੂੰ ਕਰਨਾ ਨਹੀਂ ਆਣਾ, ਤੂੰ ਬਾਹਰ ਜਾ। ਨਹੀਂ ਤੈਨੂੰ ਮੈਂ ਸਵੇਰੇ 7 ਵਜੇ ਡੀਕਣਾ ਹੀ ਡੀਕਣਾ।